ਸ਼ਾਹੀ ਸ਼ਹਿਰ ਪਟਿਆਲਾ 'ਚ ਹੈਰੀਟੇਜ ਮੇਲਾ ਸ਼ੁਰੂ ਹੋ ਚੁੱਕਿਆ ਹੈ। ਕਿਲ੍ਹਾ ਮੁਬਾਰਕ 'ਚ ਚੱਲ ਰਹੇ ਇਸ ਮੇਲੇ ਨੂੰ ਲੈ ਕੇ ਪਟਿਆਲਾ ਵਾਸੀਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 27 ਫਰਵਰੀ ਨੂੰ ਜੰਗ ਏ ਸਾਰਾਗੜੀ ਦੇ ਸ਼ਹੀਦਾਂ ਦੀ ਯਾਦ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਵੀ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ 21 ਸਿੰਘਾਂ ਦੀ ਬਹਾਦਰੀ ਨੂੰ ਪੇਸ਼ ਕੀਤਾ ਜਾਵੇਗਾ। ਪ੍ਰੋਗਰਾਮ ਦੇ ਨਿਰਮਾਤਾ ਹਰਬਖਸ਼ ਸਿੰਘ ਨੇ ਇਸ ਸ਼ੋਅ ਦੇ ਬਾਰੇ ਜਾਣਕਾਰੀ ਪੱਤਰਕਾਰਾਂ ਨੂੰ ਦਿੱਤੀ ਹੈ। ਕੈਪਟਨ ਸਾਹਿਬ ਦੀ ਜਿਹੜੀ ਬਹੁਤ ਵਧੀਆ ਕਿਤਾਬ ਹੈ ਸਾਰਾਗੜੀ ਐਂਡ ਦ ਡਿਫੈਂਸ ਆਫ ਸਮਾਣਾ ਫੋਰਟਸ, ਉਸ ਤੇ ਬੇਸ ਹੈ ਲਾਈਟ ਐਂਡ ਸਾਊਂਡ ਸ਼ੋਅ ਹੈ 1 ਘੰਟੇ ਦਾ। 27 ਤਰੀਕ ਨੂੰ ਐਨਆਈਐਸ ਕਰਾਂਗੇ। ਇਹ ਕਹਾਣੀ ਬਹੁਤ ਵਧੀਆ, 21 ਜਿਹੜੇ 36 ਸਿੱਖ ਰੈਜੀਮੈਂਟ ਦੇ ਆਪਣੇ ਸੂਰਬੀਰ ਹੋਏ ਆ ਜਿਨ੍ਹਾਂ ਨੇ ਸ਼ਹੀਦੀ ਪਾਈ ਉੱਥੇ ਸਾਰਾਗੜੀ 'ਚ, ਉਹਨਾਂ ਦਾ ਪੂਰਾ 6 ਘੰਟੇ 45 ਮਿੰਟ ਦਾ ਜੋ ਵਾਰਦਾਤ ਸੀ ਉਸ ਦੇ ਆਧਾਰ 'ਤੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਹੈ ਜੰਗ ਏ ਸਾਰਾਗੜੀ, ਜਿਹੜਾ ਅਸੀਂ 27 ਤਰੀਕ ਨੂੰ ਕਰਾਂਗੇ। ਇੱਥੇ ਦੱਸ ਦਈਏ ਕਿ ਕਿਲ੍ਹਾ ਮੁਬਾਰਕ ਦੇ ਨਾਲ ਹੀ ਪਟਿਆਲਾ ਦੀ ਵਿਰਾਸਤੀ ਇਮਾਰਤ ਸ਼ੀਸ਼ ਮਹਿਲ ਵਿਖੇ ਵੀ ਖੇਤਰੀ ਸਰਸ ਮੇਲਾ 2018 ਦਾ ਆਗਾਜ਼ ਅੱਜ ਧੂਮ ਧੜੱਕੇ ਦੇ ਨਾਲ ਹੋ ਗਿਆ ਹੈ। ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪ੍ਰਨੀਤ ਕੌਰ ਨੇ ਇਸ ਮੇਲੇ ਦਾ ਉਦਘਾਟਨ ਰਿਬਨ ਕੱਟ ਕੇ ਤੇ ਨਗਾਰਾ ਵਜਾ ਕੇ ਕੀਤਾ ਹੈ। ਇਸ ਮੇਲੇ ਦੇ ਵਿੱਚ ਪੁੱਜਣ ਤੇ ਉਹਨਾਂ ਦਾ ਬੀਨ ਵਾਜੇ ਤੇ ਰਵਾਇਤੀ ਲੋਕ ਨਾਚ ਨਾਲ ਸਵਾਗਤ ਕੀਤਾ ਗਿਆ। ਪਟਿਆਲਾ ਤੋਂ ਹਰਵਿੰਦਰ ਸਿੰਘ, ਕੁੱਕੂ ਦੀ ਰਿਪੋਰਟ।